ਤਾਂ ਤਾਂ ਹੁਣ ਮੈਂ ਇਹੀ ਆ ਗਿਆ। ਇਹ ਸਾਹਮਣੇ ਦੇਖੋ ਇਹ ਕਿਆ ਹਾਲਤ ਹੈ, ਇਹ ਗਾਂ ਹੈ ਤਾਂ ਮੈਂ ਹੁਣ ਇਹੀ ਮਹਲ ਦੀ ਖਾਤਰ ਉਜਾੜੀ ਖੜਾ। ਇਹ ਦੇਖੋ ਗਾਬੀ ਤੇ ਇੱਕ ਗਾਂ ਵੱਲ ਖੜੀਏ, ਇਹਦੇ ਵਿੱਚ ਬਾਕੀ ਇੱਕ ਗਾਂ ਉੱਥ ਗਈ ਖੜੀਏ, ਪਰੋ ਮਾਂਝ ਗਈ ਖੜੀਏ, ਡੂ ਗਾਏ ਪੈ ਇੱਡੇ ਗਿਆ ਖੜੀਆਂ, ਜਿਹਦੀ ਖਾਤਰ ਉਜਾੜੇ ਮੀ ਉਹ ਕਮਾਨ ਤੇ ਪਰੋ ਗਿਆ ਖੜੇ ਉੱਠ। ਜਿਹੜਾ ਸਾਰੀ ਦੀ ਬਹਾਰ ਮੈਂ ਚਰੇ ਨਾ ਦਰਖਤਾਂ ਕੋ ਮੈਂ ਥਾਂ ਅੱਜ ਘਾਹ ਖਾ ਕੇ ਨਾ ਚਲੋ ਕੋਈ ਮੂੰਹ ਜ਼ਾਇਕਾ ਚੇਂਜ ਤੇ ਬੈਠੇ, ਉਹ ਉੱਥਾਂ ਪਰੋ ਗਿਆ ਖੜੇ, ਉਹ ਉੱਥਾਂ ਗਿਆ ਨਹੀਂ ਗਿਆ ਬੈਠੇ, ਉਹ ਆਪਣੇ ਤਾਂ ਛਾਂਟਾ ਮਰਨਾ ਪਏ ਤਾਂ ਵੇ ਤੂੰ ਜੁਲ ਚਾਰ ਗਿਆ ਸਵੇਰ ਸਵੇਰ ਦਾ ਵਿਹਲਾ ਹੈ, ਤੂੰ ਇੱਥਾਂ ਵਾ ਤਾ ਕੇ ਲੇਟਣਾ ਸ਼ੁਰੂ ਕਰ ਦੇਣੀ ਉੱਠੀ ਜੁਲ, ਤੂੰ ਘਾਹ ਚਾਰ ਕੇ ਤੂੰ ਉੱਡੇ ਵਾ ਲੇਟਣਾ ਮਾਰਨ ਸ਼ੁਰੂ ਸੀ ਗਏ। ਇਹ ਦੇਸੀ ਖਾਦ ਸਟੀਂਦੀ ਪਈ ਹੈ, ਇਹ ਸਾਹਮਣੇ ਗੋਬਰ ਸ਼ੋਬਰ ਸਟੀਂਦੇ ਪੈਣ, ਜੇ ਕੋ ਅਸਾਂ ਆਹਲ ਸਲੇਨੇ ਹੈ ਇਹ ਜ਼ਮੀਨ ਸਟੇਨੇ ਹੈ, ਰੋਟੀ ਵੇਟਰ ਮਰੇ ਨੇ ਅਤੇ ਵਾਲ ਪਿੱਛੇ ਮਕਾਈ ਵਹੇ ਨੇ ਸੇ। ਇਹ ਸਾਰੀ ਸੜਕ ਦਾ ਹਾਲ, ਇੱਕ ਗੋ ਟਰੈਕਟਰ ਹਾਲ ਮਰੇ ਨਾ ਅਤੇ ਸੜਕ ਦੇ ਉੱਤੇ ਬੀਆ ਪਿੱਛੋਂ ਬਲੇਡ ਨਾਲ ਸਿੱਧਾ ਹੀ ਕਰੇ ਨਾਲ ਹੈ। ਠੀਕ ਹੈ ਜੁਲੋ ਜੁਲੋ ਕਾਕਾ ਜੁਲੋ, ਇਹ ਠੀਕ ਕੀਤੀਆਂ ਨੇ ਖੱਡੇ ਮਾਰਿਆ ਕਿਥਾਈ ਤੇ ਕਿਥਾਈ ਸਿੱਧਾ ਹੀ ਕੀਤੀਆ, ਇਹ ਸਾਹਮਣੇ ਖੱਡਾ ਮਾਰ ਦਿੱਤੇ ਸੀ, ਅੱਗੇ ਤਾਂ ਥੋੜਾ ਖੱਡਾ ਆਏ ਵੀ ਆਏ ਜਿਹੜਾ ਮਾਰ ਦਿੱਤੀ ਅਗਲਾ ਬਲੇਡ ਜੋ ਲਈ ਵਧੇ ਗਏ, ਅੱਗੇ ਥੋੜਾ ਖੱਡਾ ਆਈ ਵਾਲਾ ਬੋਲਾ ਬਾਰੇ ਛਾ ਗਈ ਤਾਂ ਬਾ ਕੰਮ ਬਣ ਗਏ ਚੰਦੋਰ ਤੇ ਆ। ਹਾਂ ਇਹ ਦੱਸਾ ਜ਼ਿਮੀਆ ਕੰਮ ਲਿਖੇ ਹੁੰਦਾ ਰਾਣੇ, ਹੈਂ ਦਿਖਾ ਉਹ ਤੇ ਕਹਿੰਦਾ ਉਹ ਤੇ ਕਹਿੰਦਾ ਇਹ ਕੱਢਣ ਦਾ ਇਹ ਤੈ ਕੋ ਮੈਂ ਮਾਰ ਕਿਤੇ ਸਾਂ ਕਿਵੀਂ, ਇਹ ਅੱਜ ਦਾ ਨਹੀਂ ਇਹ ਲਿਖ ਕੇ ਕੱਢਣ ਦੇਣ, ਇਹ ਕੱਢਣ ਦੇ ਚੈੱਕ ਥੀ ਆਪਾਂ ਹੈ ਹੈਂ ਅੱਜ ਦਾ ਨਹੀਂ ਇਹ ਮੈਂ ਸ਼ਿਕਾਇਤ ਮਿਲੀ ਹੈ ਉਸਤਾਦ ਤੇਰੇ ਪਿੱਟੇ ਦਾ ਰਹਿ ਗਿਆ ਕਿ ਚਾਂਦੂ ਕਛ ਨਹੀਂ ਲਿਖ ਕੇ ਆਉਣਾ ਬੇ ਸਾਰੇ ਲਿਖ ਕੇ ਆਉਂਦਾ, ਇਹ ਮੈਂ ਰੋਜ਼ਾਨਾ ਮੈਂ ਕੋ ਆ ਕੇ ਚੈੱਕ ਕਰਵਾਇਆ ਕਰ, ਤੂੰ ਨਾ ਲਿਖੀ ਵਧਾ ਹੋਇਆ ਤੇਰੀ ਮੈਂ ਚਮੜੀ ਉਧੇੜ ਤੇ ਰਹਾਂ ਤੈਨੂੰ ਪਤਾ ਹੋਵੇ, ਸਾਰੀ ਦੀਵਾਰ ਤੂੰ ਖੇਡ ਦੇ ਚੱਬਾ ਲਾ, ਤੂੰ ਡਾ ਬਾਰਾਂ ਸਾਲ ਦਾ ਹੋ ਸੈਂ ਤੇ ਕੋ ਕੁਰਾਨ ਦਾ ਕਾਰ ਨਹੀਂ ਪਤਾ, ਇਹ ਡਾ ਬਾਰਾਂ ਸਾਲ ਦਾ ਹੈ ਸਹੀ। ਇਹ ਸੰਗਿਓ ਹੁਣ ਆਪਣਾ ਜਾਨਵਰ ਗਏ ਚਰ ਅਤੇ ਜਿਹੜੀ ਪੱਖੀ ਆਈ ਉਹ ਗਈ ਹੈ ਉਜੜ, ਅਤੇ ਹੁਣ ਵੱਤ ਉੱਠ ਬਾਹੇ ਗਏ ਉੱਠ ਘੁਮਾ ਕੇ ਹੁਣ ਉਠਾਈ ਆਵਾਂ ਅਤੇ ਇੱਕ ਆ ਕੇ ਹੁਣ ਮਿੰਨਤ ਲਾ ਚਰ ਖੇਨ ਤੇਰੀ ਖਾਤਰ ਉਜਾੜੀ ਸਵੇ ਦਰੇ ਥੀ ਮੈਂ, ਤੂੰ ਬਾਹੇ ਗਏ ਦਰਖਤ ਚਰਦੇ ਕੋਈ ਬੀਆ ਕੋਈ ਰੋਲਾ ਹੀ ਵੀ ਕਿਆ ਸੀਨ ਹੈ, ਜੁਲ ਜੁਲ ਦਰਖਤ ਚਾਰ ਖੇਨ ਚਲੋ ਬਾਏ। ਅੱਛਾ ਪਹਿਲੇ ਮੈਂ ਇਹਨੇ ਗਈ ਮੰਝ ਇਹ ਸਾਹਮਣੇ ਖੜੀਏ ਅਤੇ ਇੱਕ ਨੇ ਕੱਕ ਆ ਗਿਆ ਇੱਕ ਬਲਾ ਬਲਾ ਜ਼ਲੀਲ ਆ ਗਿਆ, ਇਹ ਸਾਰੇ ਨਹੀਂ ਉਹ ਜਿਹੜਾ ਉਹਦੇ ਵਿੱਚ ਘਾਹ 'ਚ ਖੜੇ ਹੁੰਦਾ ਜਾਨਵਰ ਉਹ ਸਾਰੇ ਹਨ, ਪਰ ਉਹ ਮੰਝ ਖੜੀਏ ਉਹ ਬੇ ਖੜੇ ਹੁੰਦਾ ਹੈ, ਇਹ ਘਾਹ 'ਚ ਮੰਝ ਪਾਉਂਦੇ ਹਨ ਅਤੇ ਇਹਨੇ ਬਲਾ ਬਲਾ ਕੱਕ ਆ ਗਿਆ। ਹੁਣ ਇਹ ਅੱਜ ਅਸਾਂ ਉਜਾੜੀ ਖੜੇ ਹਾਂ ਉੱਡੇ ਕਹਿ ਨਹੀਂ ਗਏ, ਅੱਜ ਸੋਹਣੇ ਜਿੱਥੇ ਚੱਲਦਾ ਖੜਨ ਇੰਨੇ ਮਾਲਿਆਂ ਦੀ ਵੀ ਸਮਝ ਨਹੀਂ ਆਉਂਦੀ ਹੈ ਇਹ ਕੋਈ ਪੱਠੇ ਹਨ। ਅੱਛਾ ਜਿਹੜੇ ਦੋਸਤ ਸਾਡੇ ਚੈਨਲ 'ਤੇ ਨਵੇਂ ਜ਼ੀਰੋ ਮੀਟਰ ਹੀ ਵੇ ਵੱਲ ਉਹ ਸਾਡੇ ਚੈਨਲ ਕੋ ਸਬਸਕ੍ਰਾਈਬ ਕਰੋ ਚਾ ਬੈਲ ਆਈਕਨ ਕੋਈ ਪ੍ਰੈਸ ਕਰੋ ਚਾ ਚਲੋ ਵੀਡੀਓ ਜਿਹੜਾ ਸਾਜਾ ਆਸਨ ਵੱਲ ਦੇਖ ਰਹੇ ਵਾ। ਅੱਛਾ ਜਨਾਬ ਹੁਣ ਉੱਠ ਵੀ ਵੱਧ ਦਿੱਤਾ ਮੀ ਅਤੇ ਮਹਾਲ ਸ਼ਾਲ ਵੀ ਵਧੀ ਗਏ, ਟਾਈਮ 12:30 ਦਾ ਥੀ ਗਿਆ ਅਤੇ ਉਦੋਂ ਵਿਰਾਹ ਮੇਰਾ ਵਧੇ ਥੀ ਆ ਮੁੰਡਿਆਂ ਕੱਢਦਾ ਅਤੇ ਉਹਦੇ ਕੋਲੋਂ ਵੇਹਨੇ ਡੇਦਿਆਂ ਵੱਲ ਸੁਫੈਤੇ ਦਾ ਮੁੰਡਿਆਂ ਕੱਢਦਾ ਖੜੇ, ਕਿਉਂਕਿ ਸੁਫੈਤੇ ਜਾਂ ਮੁੰਡਿਆਂ ਜਲੇ ਪੁਰਾਣਾ ਥੀ ਵਜਾ ਨਾ ਵੱਲ ਉਹ ਸਮੇਂ ਜੇ ਜ਼ਮੀਨ ਦੇ ਕਿਤੇ ਵੀ ਨੁਕਸਾਨ ਦੇਣ ਅਤੇ ਪੱਤਰਾ ਵੀ ਸੁਫੈਤੇ ਦਾ ਜ਼ਲੀਲ ਕਰਨ ਫਸਲ ਦੇ ਵਿੱਚ ਵੱਲ ਉਹ ਕੱਢਦੇ ਪੈਸੇ ਅਤੇ ਉਹ ਤੋਂ ਬਾਅਦ ਪਿੱਛੇ ਵੱਲ ਆ ਕੇ ਰੈਸਟ ਕਰਨੇ ਆ ਸਮਝਦੇ ਹਾਂ। ਉਡੋ ਨਾ ਕਰੇ ਨਾ ਬੀਆਂ ਇਹ ਸਾਜਾ ਨਹੀਂ। ਅੱਛਾ ਸੰਗਤ ਹੁਣ ਠੀਕ ਹਨ ਦੁਪਹਿਰ ਅਤੇ ਉਹ ਮੈਂ ਉਹ ਬਿਲਾਲ ਦੇ ਕੋਲੋਂ ਮੁੰਡਿਆਂ ਕੱਢਦੇ ਖੜੇ ਹਨ, ਉਹ ਆਪਣਿਆਂ ਦਾ ਮੁੰਡਿਆਂ ਕੱਢ ਚੁੱਕੇ ਹਨ ਅਤੇ ਹੁਣ ਬਾਏ ਦੇ ਕੋਲੋਂ ਮੋਲ ਖੇਨ ਕੇ ਵੱਲ ਕੱਢਦੇ ਖੜੇ ਹਨ ਅਤੇ ਚਲੋ ਮੈਂ ਹੁਣ ਰੈਸਟ ਮੈਸਟ ਕਰਨੇ ਹੈ ਸ਼ਾਮ ਅਤੇ ਵੱਲ ਅੱਲਾ ਦਾ ਉੱਠ ਕੁਚ ਰਹੇ ਸਾਂ ਵੱਲ ਪਿੱਛੇ ਬਾਜ਼ਾਰ ਵਾਲੇ ਪਾਸੇ ਅਤੇ ਵੀਡੀਓ ਵੀ ਉੱਥੇ ਮੰਨ ਕੇ ਅਪਲੋਡ ਕਰੇ ਸਾਂ ਬਾਜ਼ਾਰ, ਕਿਉਂਕਿ ਇੱਥਾਂ ਮੇਰੇ ਕੋਲ ਨੈੱਟ ਤਾਂ ਚੱਲਦੇ ਲੇਕਿਨ ਵੀਡੀਓ ਅਪਲੋਡ ਨਹੀਂ ਇਤਨੀ ਬੜੀ ਦੇਰ ਕਰ ਲਈਏ ਵੱਲ ਸ਼ਾਮ ਅਤੇ ਵੀਡੀਓ ਅਪਲੋਡ ਥੀ ਸੀ। ਜੁਲ 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 ਜੁਲ
अच्छा संगत कैलूला कारगीदास है वही दे वजने रेस्ट मैसेज करना यो कारगीदास है ते हूँ वाल शाम थी है कुछ ते वाल पीछे उठ कुछ रहने हैं वहीं कने लादा एक बात उठ मजा गिंदा पे अपना बात एक बात है लेटनी मारना लेटनी मरना पे उठ ते लोग बल के दिखावा जा पहले मारे एक हन लेटनी बड़ा मजा करें नहीं लेटनी दे बेच ते ये हूँ लेटनी छेड़ी मार के नहीं रुखेंदे बिना बाग दे बेच वालू था कोई अपना पत्रे छत्रे कोई बाग दे कोई शतूत वगैरह कोई कशे हो सी खा खिंसी। अच्छा दोस्तों यार सारा गुलाम फरीद मौत को सीटा बता दें दे जेड़े पासो ब्रेक है ऊ पासो लत कोई नहीं ते फर्शा चलाई वे वो भी लोड की थी वे उत्ते नाल वाला अपने बाल को चाते सच्चा मेरा।